ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਿਦਕ ਡੇਅਰੀ ਫਾਰਮਿੰਗ ਦੇ ਵਿੱਚ। ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਹਾਂ ਪਿੰਡ ਲੋਹਾ ਖੇੜਾ ਸੰਗਰੂਰ ਜ਼ਿਲ੍ਹੇ ਦਾ ਪਿੰਡ ਹੈ, ਨੇੜੇ ਇਹ ਧਨੌਲਾ ਮੰਡੀ ਦੇ ਰਹਿ ਜਾਂਦਾ, ਬਰਨਾਲਾ ਸ਼ਹਿਰ ਵੀ ਇੱਥੋਂ ਨੇੜ ਹੈ। ਸਮਰਾ ਡੇਅਰੀ ਫਾਰਮ ਦੱਸੋ ਬਾਈ ਪ੍ਰਦੀਪ ਜਿਹਦੇ ਕੋਲ ਆਪਾਂ ਵੀਡੀਓ ਬਣਾ ਰਹੇ ਹਾਂ, ਅਤੇ ਇੱਥੇ ਬਹੁਤ ਸਾਰੇ ਨਗ ਹੁੰਦੇ ਆ ਵਿਕਰੀ ਵਾਲੇ, ਗਰਮੀ ਦੀ ਰੁੱਤ ਆ ਦੱਸੋ ਤਾਂ ਉਹਦੇ ਕਰਕੇ ਵੀਡੀਓ ਜ਼ਿਆਦਾਤਰ ਹੁਣ ਤੁਹਾਨੂੰ ਇੱਥੇ ਖੜ੍ਹੇ ਪਸ਼ੂਆਂ ਦੀਆਂ ਦਿਖਾਈ ਰਹੀਆਂ। ਵੈਸੇ ਨਗ ਬਹੁਤ ਹੁੰਦੇ ਆ, ਰੁੱਤ ਬਦਲੂਗੀ, ਠੰਡ ਦਾ ਟਾਈਮ ਆਊਗਾ ਤਾਂ ਫਿਰ ਉਵੇਂ ਰੌਣਕ ਲਾਇਆ ਕਰਾਂਗੇ। ਬਾਹਰਲੇ ਪਾਸੇ ਜਗ੍ਹਾ ਬੜੀ ਸੋਹਣੀ ਬਣੀ ਵੀ ਆ, ਉੱਥੇ ਬੰਨ੍ਹ ਕੇ ਪਸ਼ੂ ਫਿਰ ਦਿਖਾਏ ਵੀ ਚੰਗੀ ਤਰ੍ਹਾਂ ਜਾਂਦੇ ਆ। ਪਰ ਜਿਹੜੀ ਹੁਣ ਵੀਡੀਓ ਬਣੂਗੀ ਇਹਦੇ 'ਚ ਇੱਕ ਇਨਫੋਰਮੇਸ਼ਨ ਦਿੱਤੀ ਜਾਂਦੀ ਹੈ ਵੀ ਇਹ ਨਾਗ ਇੱਥੇ ਵਿਕਰੀ ਵਾਲੇ ਖੜ੍ਹੇ ਆ, ਉਦੋਂ ਬਾਅਦ 'ਚ ਤੁਸੀਂ ਆ ਕੇ ਉਹਨਾਂ ਦੀ ਤਸੱਲੀ ਕਰ ਸਕਦੇ ਹੁੰਦੇ। ਸ਼ੁਰੂਆਤ ਦੇ ਵਿੱਚ ਤੁਹਾਨੂੰ ਮੱਝਾਂ ਦਿਖਾਈਆਂ ਦੱਸੋ ਤਾਂ ਮੱਝਾਂ ਅੱਜ ਵੀ ਅਵੇਲੇਬਲ ਆ, ਸੂਈਆਂ ਸਵਾਈਆਂ ਮੱਝਾਂ ਹੈ, ਤੁਸੀਂ ਵਿਜਿਟ ਕਰ ਸਕਦੇ ਹੋ ਜੇ ਕੋਈ ਮੱਝ ਖਰੀਦਣੀ ਚਾਹੁੰਦੇ ਆ। ਸੂਈਆਂ ਸਵਾਈਆਂ ਗਾਵਾਂ ਵੀ ਇੱਧਰਲੇ ਪਾਸੇ ਚਾਰ ਨਾਗ ਖੜ੍ਹੇ ਦਿਸਦੇ ਆ। ਬਾਕੀ ਆਪਾਂ ਡਿਟੇਲ ਇਹਨਾਂ ਦੀ ਕੁਛ ਨਹੀਂ ਸ਼ੁਰੂ ਕਰਦੇ ਹਾਂ, ਅਤੇ ਤੁਸੀਂ ਤਸੱਲੀ ਕਰ ਲਿਓ ਜਿਹੜਾ ਨਾਗ ਤੁਹਾਨੂੰ ਜਚੂਗਾ। ਆਓ ਸ਼ੁਰੂਆਤ ਕਰੀਏ, ਮਿਲ ਗਏ ਬਾਈ ਪ੍ਰਦੀਪ ਨੂੰ। ਪ੍ਰਦੀਪ ਬਾਈ ਸਤਿ ਸ਼੍ਰੀ ਅਕਾਲ। ਪ੍ਰਦੀਪ ਮੱਝਾਂ ਵੀ 5-6 ਅੱਜ ਮੱਝਾਂ ਬਾਈ 6 ਝੋਟੀਆਂ ਨੇ, ਤਾਜ਼ੀਆਂ ਸੂਈਆਂ ਹੋਈਆਂ ਨੇ। ਠੀਕ ਹੈ। ਅੱਛਾ ਬਾਈ, ਵੈਸੇ ਆਪਾਂ ਗਾਵਾਂ ਹੀ ਦਿਖਾ ਰਹੇ ਹਾਂ, ਗਾਵਾਂ ਦਿਖਾ ਮੱਝਾਂ ਦਾ ਮੰਨ ਕੇ ਬਈ ਹੁਣ ਆਪਾਂ ਦੱਸ ਦਿੰਦੇ ਵੀ ਮੋਟਾ ਜਿਹਾ ਰੇਟ ਮੰਨ ਕੇ ਵੀ 25-35 ਦੇ ਭਾਅ ਦੀਆਂ ਮੱਝਾਂ ਨੇ। ਠੀਕ ਹੈ। ਤੇ ਇੱਕ ਝੋਟੀ ਆ ਜਿਹੜੀ ਥੋੜੀ ਜ਼ਿਆਦਾ ਮੁੱਲ ਦੀ ਆ, ਬਾਕੀ ਸਾਰੀਆਂ ਮੰਨ ਕੇ ਵੀ 30-35 ਰੇਂਜ ਦੀਆਂ ਝੋਟੀਆਂ। ਠੀਕ ਹੈ, ਓਕੇ ਜੀ। ਗਾਵਾਂ ਚੋਂ ਬਈ ਪਰਲੇ ਪਾਸੇ ਗਾਵਾਂ ਬਈ ਹਲੇ ਹੁਣੇ ਸੂਈ ਆ, ਇਹ ਬੱਚੀ ਸਵੇਰੇ ਬੋਲੇ ਚੋਂ ਖਾਲੀ ਹੋਈ ਆ। ਠੀਕ ਹੈ। ਹਾਂ ਠੀਕ ਹੈ। ਤੇ ਅੱਗੇ ਆ ਵਹਿੜ ਆ ਗਈ ਬਾਈ, ਇਹ ਥੱਲੇ ਹੁਣ 24-25 ਕਿਲੋ ਵੀਰੇ ਨੈੱਟ ਤਿਆਰ ਆ। ਠੀਕ ਹੈ। ਮੰਗ ਰਹੇ ਦੇ ਬੱਚੀ ਅੱਜ 7-8 ਦਿਨਾਂ ਦਾ ਇਹਦਾ ਸੂਆ ਗਾ, ਖੋਲੀ ਬੜੀ ਅੰਦਰ ਨੂੰ। ਠੀਕ ਹੈ। ਅੱਛਾ ਇਹ ਗਾਵਾਂ ਦੇ ਰੇਟ ਕੀ ਰਹਿਣਗੇ? ਰੇਟ ਬਾਈ ਜਿਹੜੇ ਅੱਜ ਵਾਲੇ ਰੇਟ ਨੇ ਆਪਣੇ ਮੰਨ ਕੇ ਵੀ 75,000 ਤੋਂ ਸਟਾਰਟ ਹੋ ਕੇ ਬਣ ਕੇ ਵੀ ਬਾਕੀ ਦਾ ਗਾਂ ਦੇ ਉੱਪਰ ਆ ਜਿੱਦਾਂ ਦੀ ਗਾਂ ਗੀ। ਠੀਕ ਹੈ। ਵੀ ਪਰ ਜਿੰਨੇ ਵੀ ਜਾਨਵਰ ਨੇ ਟੌਪ ਕਲਾਸ ਨੇ 75, 85, 90, 95 ਲੱਖ, ਠੀਕ ਹੈ, 2.5 ਲੱਖ ਤੋਂ ਬਾਹਰ ਨੇ। ਠੀਕ ਹੈ। ਹੁਣ ਇਹ ਬੱਚੀ ਥੱਲੇ ਬਾਈ ਹੁਣ ਮੰਨ ਲਾ ਵੀ ਖੁੱਲਾ ਜਾਂ ਦੁੱਧ ਹੋਊਗਾ 24-25 ਕਿਲੋ ਚੋਣ ਵਾਲਾ। ਠੀਕ ਹੈ। 8 ਦਿਨਾਂ ਦਾ ਸੂਆ ਬਾਈ, ਮਗਰ ਜਰਸੀ ਦੀ ਬੱਚੀ ਹੈ ਇਹਦੇ। ਠੀਕ ਹੈ। ਇਹਦੀ ਅੰਦਾਜ਼ਨ ਕੀਮਤ ਪ੍ਰਦੀਪ ਬਾਈ? ਕੀਮਤ ਬਾਈ ਇਹਦਾ ਜਮਾ ਵਾਜਬ ਰੇਟ ਹੀ ਆ, 90,000 ਦੀ ਬੱਚੀ ਦੇ ਦਾਂਗੇ। ਠੀਕ ਹੈ। ਤੇ ਪਰ ਵੀ ਪੂਰੀ ਵਧੀਆ ਵਹਿੜ ਆ ਜਿਹਨੂੰ ਕਹਿੰਦੇ ਹੁੰਦੇ ਨੇ, ਸ਼ਾਮ ਨੂੰ ਬਾਈ ਐ ਮੰਨ ਲਾ ਵੀ ਡੰਗ ਤੇ ਚੱਲਦੀ ਨੀ। ਠੀਕ। ਹੁਣ ਆਪਾਂ ਨੂੰ ਪਤਾ ਹੀ ਆ ਵੀ 12-13 ਕਿਲੋ ਦੁੱਧ ਅੱਡਰ ਚ ਰੱਖਣਾ ਸ਼ਾਮ ਤੱਕ ਨਾ। ਸਹੀ ਹੈ। ਵੀ ਕਈ ਵਾਰ ਕੋਈ ਸੱਜਣ ਕਵੇ ਵੀ ਪਤਾ ਨੀ ਵੀਡੀਓ ਕਰਕੇ ਬਾਜ਼ਾਰ ਵਾਲੀ ਵੀਡੀਓ ਨੀ ਹੈਗੀ, ਕਿਉਂਕਿ ਥੱਲੇ ਦੁੱਧ ਹੀ ਰੈਡੀ ਆ। ਠੀਕ ਹੈ। ਸੋ ਦੱਸੋ ਦੁੱਧ ਚੋ ਕੇ ਦੇਖ ਸਕਦੇ ਹੋ ਤੇ ਬੜਾ ਚੰਗਾ ਫਿਟਿੰਗ ਵਾਲਾ ਆਰਡਰ ਹੈ, ਉੱਤੋਂ ਢਾਂਚਾ ਵੀ ਸੋਹਣਾ, ਮਗਰ ਬੱਚਾ ਬਹੁਤ ਸੋਹਣਾ ਬਈ। ਬੱਚੀ ਹੈ ਜਰਸੀ। ਬੱਚੀ ਦੱਸੋ ਜਰਸੀ ਕਾਫੀ ਕਲਰ ਚ। ਇਹਦੂ ਅੱਗੇ ਬਈ ਜਰਸੀ ਗਾਂ ਖੜੀ ਹੈ ਇਹ ਬਈ, ਇਹ ਵੀ ਤਾਜ਼ੀ ਸੂਈ ਆ, ਇਹ ਬੋਲਿਓ ਖਾਲੀ ਆ ਬਈ, ਮਤਲਬ ਵੀ 13 ਕਿਲੋ 12-13 ਕਿਲੋ ਬੋਲੀ ਆ ਥੱਲੇ। ਠੀਕ ਹੈ। ਤੇ ਦੂਜਾ ਸੂਆ ਗਾ ਛਿੱਗੀ ਦੰਦਾਂ ਦੀ ਆ। ਠੀਕ ਹੈ। ਹਾਂ ਸੋ ਦੱਸੋ ਛਿੱਗੀ ਦੰਦਾਂ ਦੀ ਤਾਜ਼ੀ, ਬਿਲਕੁਲ ਸੂਈ ਪੁੜਿਆਂ ਦੇ ਵਿੱਚ ਸਟਾਰਟਿੰਗ ਆ ਜਿਹੜੀ ਬਾਈ 1 ਕਿਲੋ ਟਾਈਮ ਦੀ ਆ ਹੁਣ ਇਹਦੀ, ਇਹਦੇ ਨਾਲ ਬੱਚਾ ਐਚ ਐਫ ਦਾ ਬੱਚਾ ਹੈ ਨਾ? ਮੇਲ ਆ ਬਾਈ। ਠੀਕ ਹੈ। ਸੋ ਦੱਸੋ ਕਿਸੇ ਵੀਰ ਨੇ ਐਚ ਐਫ ਸੀਮਨ ਲਵਾਇਆ ਹੋਣਾ ਇਹਦੇ, ਸੋ ਇਹ ਇਹਦਾ ਰੇਟ ਕੀ ਰਹਿਣਾ? ਰੇਟ ਬਈ 70,000 ਰੁਪਇਆ। ਠੀਕ ਹੈ। ਇਹਦੂ ਅੱਗੇ ਬਾਈ ਇਹ ਹੀਫਰ ਹੈ? ਇਹ ਬਈ ਹੀਫਰ ਆ, 2 ਦੰਦਾ। ਠੀਕ ਹੈ। ਤੇ ਗੱਬਣਾ ਰੇਟ ਆਪਾਂ ਉਦਾਂ ਦਾ ਕਰ ਲਾਂਗੇ, ਇਹਦੇ 20 ਦਿਨਾਂ ਤੋਂ ਪਲੱਸ ਹੋ ਗਿਆ ਸੀਮਨ ਲੱਗੇ ਨੂੰ, ਤੇ ਖਾਲੀ ਤੇ ਗੱਬਣ ਦੋਨਾਂ ਦੀ ਰੇਟ ਕਰ ਲਾਂਗੇ। ਠੀਕ ਹੈ। ਸੱਜਣ ਲਊਗਾ ਵੀ ਜੇ ਖਾਲੀ ਹੋਈ ਤਾਂ ਉਹਨਾਂ ਰੇਟ ਰੱਖ ਲਾਂਗੇ, ਨਹੀਂ ਅੱਜ ਤੋਂ ਮੰਨ ਕੇ ਮਹੀਨੇ ਨੂੰ ਚੈੱਕ ਹੋ ਜੂ, ਜਿਵੇਂ ਅੱਗੇ ਵੀ ਆਪਾਂ ਕਈ ਪਸ਼ੂ ਵੇਚੇ ਨੇ ਇਦਾਂ ਵੀ ਨਹੀਂ ਗੱਬਣ ਵਾਲਾ ਰੇਟ ਉੱਧਰ ਗੱਬਣ ਲੈ ਲਾਂਗੇ। ਠੀਕ ਹੈ। ਸੋ ਦੱਸੋ 2 ਦੰਦ ਸਾਹੀਵਾਲ ਬਰੀਡ ਦੇ ਸਾਰਾ ਰਿਕਾਰਡ ਆ ਬਾਈ, ਕਿਹੜੇ ਬੁੱਲ ਦੀ ਇਹ ਆਪ ਆ, ਅੱਗੇ ਕਿਹੜੇ ਬੁੱਲ ਤੋਂ ਇਹ ਪ੍ਰੈਗਨੈਂਟ ਆ। ਠੀਕ ਹੈ। ਇਹਦੋ ਅੱਗੇ ਬਾਈ ਮਦਰ ਆ, ਉਹ ਮੰਨ ਕੇ ਆਪਣੇ ਸਰਸਿਆਂ ਦੇ ਡੇਰੇ ਚੋਂ ਆਈ ਸੀ। ਠੀਕ ਹੈ। ਹਾਂਜੀ। ਪ੍ਰਦੀਪ ਇਹਦੋ ਅੱਗੇ ਜਰਸੀ, ਇਹ 4 ਦੰਦ ਵੱਛੀ ਆ ਬਾਈ। ਠੀਕ ਹੈ। 20 ਕਿਲੋ ਦੁੱਧ ਦਿੱਤਾ ਪਹਿਲਣ ਨੇ। ਕਿੰਨੇ ਕੁ ਦਿਨ ਲਊਗੀ? ਹਲੇ ਬਾਈ ਹਫ਼ਤਾ ਲੈ ਜੂਗੀ। ਇਦੋਂ ਅੱਗੇ ਪ੍ਰਦੀਪ ਬਾਈ ਵੱਡੀ ਗਾਂ ਦੱਸਦੀ ਹੈ, ਇਹਦੀ ਤਾਂ ਰਹਿ ਗਈ ਬਾਈ 4 ਦਿਨ ਦਾ ਬਾਈ ਆਹ ਬੱਚੇ। ਠੀਕ ਹੈ। 20 ਕਿਲੋ ਦੁੱਧ ਦਿੱਤਾ ਪਹਿਲਣ ਨੇ, ਸ਼ਾਂਤ ਸੁਭਾਅ ਦੀ ਆ ਬਾਈ,
ਤੇ ਬਾਕੀ ਰੇਟ ਆਪਾਂ ਪਹਿਲਾਂ ਵੀ ਦੱਸਿਆ ਵੀ ਜਮਾਂ ਬਾਜ ਵੀ ਹੋਣਗੇ ਸਾਰੀਆਂ ਦੇ। ਤਿਆਰੀ ਬਾਈ ਜਗਜੀਤ ਦੇਖੀਏ ਇੰਨੀ ਕੁ ਜ਼ਿਆਦਾ ਸਪੇਸ ਹੈ ਅੱਡਰ ਦੀ ਹਲੇ ਵੀ ਫੁੱਲ ਤਿਆਰੀ ਕਰਨ ਵਾਲੀ ਹੈ। ਠੀਕ ਹੈ ਥਾਂ ਮੁੱਠੀ ਦਾ ਕੀ ਚਾਰ ਦੀ ਮੱਛੀ ਦੇ ਦਾਂਗੇ ਬਾਈ। ਠੀਕ ਹੈ ਰੇਟ ਬਾਈ ਜਗਜੀਤ ਦੇਖਾ ਨਾ ਵੀ ਆਪਾਂ ਪਹਿਲਾਂ ਵੀ ਇਹ ਗੱਲ ਕਹਿੰਦੇ ਹੁੰਦੇ ਆ ਵੀ ਆਪਣੇ ਕੋਲੇ ਜਾਨਵਰ ਤਾਂ ਹੋਊਗਾ ਟਿਪ ਟੋਪ ਵੀ ਰੇਟ ਵੀ ਚਲੋ ਬਾਕੀ ਮਾਰਕੀਟ ਨਾਲੋਂ ਆਪਣਾ ਰੇਟ ਵੱਖਰਾ ਹੀ ਹੋਊਗਾ ਵੀ ਫਰਕ ਤਾਂ ਹੋਣਾ ਹੀ ਹੋਣਾ ਗਾ ਪਰ ਜਾਨਵਰ ਇਹ ਆ ਵੀ ਜਿਹੜੇ ਹੁਣ ਸੱਜਣ ਲੈ ਕੇ ਜਾਂਦੇ ਨੇ ਹੁਣ ਰੂਟੀਨ ਚ ਆਪਾਂ ਹਫ਼ਤੇ ਬਾਅਦ ਵੀਡੀਓ ਪਾਉਣੇ ਆ 30-35-40 ਜਾਨਵਰ ਤਾਂ ਹੁੰਦੇ ਨੇ ਮੰਨ ਕੇ ਲੈਣ ਦਾ ਹਰੇਕ ਬੰਦਾ ਆਪਦੀ ਸਮਝਣ ਵਾਲੀ ਹੈ ਪਰ ਵੀ ਜਿੰਨੀ ਕੁ ਹੁੰਦਾ ਵੀ ਆਪਾਂ ਅਗਲੇ ਨੂੰ ਜਾਨਵਰ ਵਧੀਆ ਦਿੱਤਾ ਜਾਵੇ ਹਨਾ। ਠੀਕ ਹੈ ਵੀ ਇਹ ਨੀ ਹੈਗਾ ਇੱਥੇ ਆ ਕੇ ਅਗਲੀ ਭਕਾਈ ਕਰਾ ਦਈਏ ਦਿਖਾ ਕੁਛ ਹੋਰ ਦਈਏ ਮੂਹਰੇ ਚਾਰ ਪਸ਼ੂ ਵਧੀਆ ਲਾ ਦਈਏ ਮਗਰ ਕੁਛ ਹੋਰ ਹੋਵੇ ਹਨਾ ਬਾਕੀ ਜਿੰਨੇ ਜਾਨਵਰ ਹੋਣਗੇ ਓਨੀ ਆਪਾਂ ਦਿਖਾਵਾਂਗੇ। ਠੀਕ ਹੈ ਇਹਦੇ ਨਾਲ ਬਾਈ ਇਹ ਬਾਈ ਦੂਜਾ ਸੋਆ ਸੁਣਦੀ ਆ ਇਹ ਫਾਰਮ ਚੋਂ ਲਈਆ ਵਾ ਜਿਹੜਾ ਪਰ ਮਾਲਕਾਂ ਦੇ ਜਿਹੜੇ ਆਪਾਂ ਨੂੰ ਦੁੱਧ ਦੀ ਰਿਪੋਰਟ ਦਿੱਤੀ ਉਹ ਤਾਂ ਜ਼ਿਆਦਾ ਹੀ ਆ ਮੰਨ ਕੇ ਆਪਾਂ ਲਈਆ ਸ਼ੇਰਗੜ੍ਹ ਤੋਂ ਲਈਆ ਪਾਤੜਾਂ ਕੋਲੋਂ। ਠੀਕ ਹੈ ਫਾਰਮ ਚੋਂ ਉਹਨਾਂ ਨੇ 34-35 ਕਿਲੋ ਦੁੱਧ ਦੀ ਰਿਪੋਰਟ ਦਿੱਤੀ ਹੈ ਬਾਈ ਦੀ। ਠੀਕ ਹੈ ਤੇ ਬਾਕੀ ਇਹਦਾ ਰੇਟ ਬਾਈ ਜਗਜੀਤ ਜਮਾਂ ਬਾਜ ਵੀ 90,000 ਦੀ ਵੈਟ ਦੇ ਦਾਂਗੇ। ਠੀਕ ਹੈ ਹੱਥੀ ਚਵਾਈ ਵਾਲਾ ਸੱਜਣ ਵੀ ਲੈ ਜੂ ਮਸ਼ੀਨ ਤੋਂ ਆਈ ਇਹ ਮਸ਼ੀਨ ਤੋਂ ਹੀ ਆ। ਠੀਕ ਹੈ ਹਾਲੇ ਹਫ਼ਤਾ ਬਾਕੀ ਆ। ਓਕੇ ਸਹਿ ਸੂਜ ਬਹੁਤ ਵੱਡਾ। ਠੀਕ ਹੈ ਇਹਦੂ ਅੱਗੇ ਬਾਈ ਇਹ ਵੀਰੇ ਕ੍ਰਾਸ ਚ ਆ ਗਈ ਐਚ ਐਫ ਚ ਹਲੇ ਇਹਦੇ ਦਿਨ ਪਏ ਨੇ 17-18। ਠੀਕ ਹੈ ਤੇ ਰੇਟ ਇਹਦਾ ਵਾਜਬ 75,000 ਦੀ ਦੇ ਦਾਂਗੇ ਬਾਈ ਇਹ। ਠੀਕ ਹੈ ਬਾਕੀ ਦੁੱਧ ਇਹ ਦਿੱਤਾ 24-25 ਕਿਲੋ। ਠੀਕ ਹੈ ਹਾਂਜੀ ਇਹਦੂ ਅੱਗੇ ਇਹ ਬਾਈ ਜਗਜੀਤ ਬੱਚੀਆਂ ਨੇ ਕਈ ਨੇ ਇਕੱਠੀਆਂ ਆਪਾਂ ਫਾਰਮ ਚੋਂ ਲਈਆਂ ਨੇ ਇਹਨਾਂ ਦੇ ਦਿਨ ਮੰਨ ਲੈ ਵੀ 15-20 ਦਿਨ ਹਲੇ ਪੈਂਡਿੰਗ ਆ। ਠੀਕ ਹੈ ਪਰ ਬਹਿੜਾ ਸਾਰੀਆਂ ਮਜ਼ਬੂਤ ਢਾਂਚੇ ਦੀਆਂ ਨੇ ਵੀ ਅਲੱਗ ਅਲੱਗ ਰੇਟ ਨੇ ਜਿੱਦਾਂ ਹੁਣ ਇਹ ਬੱਚੀ ਹੈ ਇਹ ਆਪਾਂ ਇੱਕ 5 ਦੀ ਦੇ ਦਾਂਗੇ। ਠੀਕ ਹੈ ਰੇਟ ਮੰਨ ਕੇ ਵੀ ਉਦਾਂ ਦੀ ਰੇਟ ਜਾਂ ਲਵਾਂਗੇ ਵੀ ਜਿਵੇਂ ਹੁਣ ਮੰਗਣ ਨੂੰ ਆਪਾਂ ਇਹਦਾ ਵੀ 1,25,000 ਮੰਗ ਲਈਏ ਪਰ ਵੀ ਗਾਵਾਂ ਜਿੰਨੀਆਂ ਹੈਗੀਆਂ ਨੇ ਵੀ ਜੈਨੂਅਨ ਨੇ ਜਿਹੜੀ ਦੂਸਰੇ ਸੂਈ ਦੇ ਉਹ ਦੂਸਰੇ ਦੀ ਹੋਈ ਆ। ਠੀਕ ਹੈ ਜਿਹੜੀ ਇਹਦੇ ਨਾਲ ਇਹ ਅੱਗੇ ਆ ਗਈ ਬਾਈ 35-36 ਕਿਲੋ ਦੁੱਧ ਚਵਾਇਆ ਹੋਇਆ ਵੀ ਬੱਚੀ ਇਹ ਸਾਰੀਆਂ ਫਾਰਮ ਚ ਲਈ। ਠੀਕ ਹੈ ਕਹਿੰਦਾ ਮਤਲਬ ਬਰੀਡ ਕੁਆਲਿਟੀ ਵਾਲੀਆਂ ਨੇ ਇਹਦੇ ਵੀ ਬਾਈ 20 ਦਿਨ ਪਿਆ ਵੈੜ ਦੇ ਤੇ ਬਹੁਤ ਸੋਹਣਾ ਮੰਨ ਕੇ 4-5 ਵੈੜਾਂ ਨੇ ਇਕੱਠੀਆਂ ਲਈਆਂ ਜਿਹੜੀਆਂ ਆਪਾਂ। ਠੀਕ ਹੈ ਇਹ ਕੀ ਭਾਅ ਦੀ ਰਹਿ ਇਹ ਬੱਚੀ ਬਾਈ ਦੇ ਦਾਂਗੇ ਆਪਾਂ 1,20,000 ਦੀ। ਠੀਕ ਹੈ ਜਗਜੀਤ ਵੀਰੇ ਦਾ ਵਾਜਬ ਰੇਟ ਨੇ ਬਾਕੀ ਜਿਹੜੇ ਸੱਜਣ ਨੇ ਦੇਖ ਲੈਣੀ ਹੁੰਦੀ ਆ ਉਹ ਜਦੋਂ ਉਰੇ ਆਊਗਾ ਉਹਨੂੰ ਆਪੇ ਚਾਨਣ ਹੋ ਜਾਂਦਾ। ਸਹੀ ਹੈ ਵੀ ਦੱਸਣ ਦਾ ਬਾਕੀ ਹੁਣ ਇਦਾਂ ਦੇ ਵਿਹੜਾ ਨੇ ਜਿਵੇਂ ਆਪਾਂ ਫਾਰਮ ਚੋਂ ਲੈਂਦੇ ਜਿਹੜਾ ਫਾਰਮ ਚੋਂ ਕੋਈ ਵੀ ਜਾਨਵਰ ਲੈਂਦੇ ਆ ਮੰਨ ਕੇ ਵੀ 1,40-45 ਦਾ ਖਾ ਕੇ ਤਿਆਰ ਹੁੰਦਾ। ਸਹੀ ਹਾਂ ਇਹਦੇ ਨਾਲ ਇੱਕ ਵਾਈਟ ਇਹ ਵੈੜ ਬਾਈ ਇਹਨੇ ਦੁੱਧ ਦਿੱਤਾ ਬਾਈ 26-27 ਕਿਲੋ ਭਲਾ ਪਾਉਣ ਲੱਗ ਗਈ ਤਿਆਰੀ ਤੇ ਆ। ਦੂਜਾ ਸੂਆ ਗਾ ਲਈ ਵੀਰੇ ਆਪਾਂ ਲੋਕ ਲਾ ਕਰੋ ਜ਼ਿਮੀਦਾਰਾਂ ਤੋਂ ਲਈ ਆ ਤੇ ਰੇਟ ਬਾਈ ਮੱਛੀ ਦੇ ਦਾਂਗੇ 1,5 ਦਾ। ਠੀਕ ਹੈ ਦੋਸਤੋ ਵੈੜ ਦੇਖੋ ਇੱਕ ਮਿੰਟ ਪ੍ਰਦੀਪ ਇਹਨੂੰ ਫਿਰ ਦਿਖਾੜ ਗਈ ਇਹ ਤਿਆਰੀ ਚ ਦਿਸਦੀ ਹੈ ਹਵਾਨਾ ਕਾਫੀ ਚੌੜਾ ਜਗਜੀਤ ਤਾਂ ਅਜੇ ਵਧੀਆ ਬੰਦੇ ਦੇ ਬਾਕੀ ਤਾਂ 30 ਕਿਲੋ ਦੁੱਧ ਦੇ ਦੂ ਨਹੀਂ ਆਪਾਂ ਤਾਂ ਇਹ ਕਹਿੰਦੇ ਨੇ ਬਾਈ ਗਰਮੀ ਚ 25-26 ਕਿਲੋ ਦੁੱਧ ਵੀ ਵੈੜ ਦਿੰਦੀ ਆ ਬਹੁਤ ਬਾਕੀ ਹੋਰ ਆ ਬਾਈ ਜਿਹੜਾ ਜਿੰਨੀਆਂ ਵੀ ਵੈੜਾਂ ਆਪਾਂ ਦਿਖਾਤੀਆਂ ਜਿਹੜੇ ਆਪਾਂ ਰੇਟ ਦਿਖਾਏ ਨੇ ਵੀ ਅਗਲੇ ਨੇ ਤਸੱਲੀ ਕਰਕੇ ਹੀ ਰਿਹਾ ਪਰ ਆਪਾਂ ਮੁੱਲ ਨੀ ਮੰਗਿਆ ਕਿਸੇ ਵੀ ਜਾਨਵਰ ਦਾ ਵੀ ਫਾਲਤੂ ਮੁੱਲ ਮੰਗ ਕੇ ਬਾਅਦ ਚ ਘਟੀ ਜਾਈਏ। ਠੀਕ ਹੈ ਇਹਦੀ ਕੀ ਡਿਟੇਲ ਆ ਇਹਨੇ ਬਾਈ 34-35 ਕਿਲੋ ਦੁੱਧ ਦਿੱਤਾਗਾ ਕਿੰਨਾ ਉਹ ਵੈੜਾਂ ਦੇ ਨਾਲ ਆਈ ਆ ਫਾਰਮ ਚੋਂ ਇਹ ਤਾਂ ਦਿਨ ਹੀ 15 ਰਹਿੰਦੇ ਨੇ ਬਾਈ। ਠੀਕ ਹੈ ਕੀ ਰੇਟ ਰਹੂਗਾ ਇਹਦਾ ਰੇਟ ਬਾਈ ਮੱਛੀ ਦੇਵਾਂਗੇ ਆਪਾਂ 1,20,000 ਰੁਪਏ ਦੀ। ਠੀਕ ਹੈ ਇਹਦੇ ਨਾਲ ਇੱਕ ਬਲੈਕ ਇਹ ਬੱਚੀ ਬਾਈ ਡੈਨਮਾਰਕ ਦੀ ਆ 27-28 ਕਿਲੋ ਦੁੱਧ ਦਿੱਤਾ ਇਹਨੇ ਕਰਮ ਵਾਲੀ ਨੇ ਤੇ ਮੰਨ ਕੇ ਵੀ ਤਿਆਰੀ ਵੀ ਬਹੁਤ ਸੋਹਣੀ ਕਰੂ ਇਹਦੇ 15 ਦਿਨ ਬਾਕੀ ਆ। ਠੀਕ ਹੈ ਤੇ ਇਧਰੋਂ ਲੇਵੇ ਲੂਵੇ ਦੇ ਡਿਜ਼ਾਈਨ ਬਹੁਤ ਸੋਹਣੇ ਇਹਦੇ। ਠੀਕ ਹੈ ਇਹ ਕੀ ਰੇਟ ਬਾਈ ਜਮਾ ਇਹਦਾ ਵਾਜ 90,000 ਦੀ ਮੱਛੀ ਦੇ ਦਾ। ਠੀਕ ਹੈ ਦੋਸਤੋ ਦੇਖੋ ਬੰਤਰ ਬਹੁਤ ਸੋਹਣਾ ਤਿਆਰੀ ਕਰਨੀ ਆ ਬਾਈ ਥੱਲੋਂ ਬਾਕੀ ਜਿੰਨੇ ਵੀ ਜਾਨਵਰ ਆ ਬਾਈ ਕੰਪੈਕਟ ਡਰਦੇ ਨੇ ਸਾਰੇ। ਸਹੀ ਹੈ ਇਹਦੇ ਨਾਲ ਵੈੜ ਖੜੀ ਇਹ ਵੈੜ ਬਾਈ ਕੱਚੀ ਆ 20 ਦਿਨਾਂ ਦੀ ਕੋਈ ਸੱਜਣ ਹੋਇਆ ਚਾਹਵਾਨ ਮੰਨ ਕੇ ਅੱਜ ਵਾਲਾ ਰੇਟ ਇਹਦਾ 75,000 ਦੀ ਵੈੜ ਆਪਾਂ ਦੇ ਦਿਆਂਗੇ। ਠੀਕ ਹੈ ਵੀ ਚਲੋ ਜਿਹੇ ਜੀ ਬੰਦਾ ਕੇਅਰ ਕਰੂ ਇਹਨੂੰ ਸਾਂਭੂਗਾ ਤੇ ਕਿਸੇ ਨੇ ਅੱਗੇ ਤਿਆਰ ਕਰਕੇ ਵੇਚਣੀ ਵੀ ਹੋਈ ਕਰਮ ਵਾਲੀ ਫਿਰ ਵੀ ਆਪਾਂ ਨੂੰ ਪਤਾ ਵੀ ਚਲੋ ਲੱਖ ਤੋਂ ਪਲੱਸ ਦੀ ਵਿੱਚੀ ਆ। ਠੀਕ ਹੈ ਪਰ ਆਪਣੇ ਕੋਲੇ ਆਈ ਆਪਾਂ ਤਾਂ ਵੇਚਣੀ ਵੇਚਣੀ ਆ।
ਇਹ ਤੋਂ ਅੱਗੇ ਬਾਈ ਇਹਨੇ ਬਾਈ 37-38 ਕਿਲੋ ਦੁੱਧ ਦਿੱਤਾ ਆਪਣੇ ਕਿਸੇ ਖਾਸ ਯਾਰ ਦੋਸਤ ਤੋਂ ਲਈ ਆਏ ਆਪਾਂ ਫਾਰਮ ਚੋਂ ਤੇ ਇਹਦੇ ਬਾਈ ਕੋਈ ਵੀ ਮਰਜ਼ੀ ਸੱਜਣ ਲਵੇ ਇਹਨੂੰ ਮਹੀਨਾ ਮੰਨ ਕੇ ਲਵੇ ਕਿਉਂਕਿ 23-24 ਦਿਨ ਬਾਈ ਪੈਂਡਿੰਗ ਆ ਕੱਲ ਨੂੰ ਫਿਰ ਮੁੜ ਕੇ ਲਾਂਭਾ ਨੀ ਆਉਂਦਾ ਉਹ ਚੀਜ਼ ਦਾ ਹਨਾ ਵੀ ਇਹ ਮਹੀਨਾ ਲੈ ਜੂਗੀ ਬੱਚੀ ਪਰ ਤਿਆਰੀ ਬਥੇਰੀ ਕਰੂ ਠੀਕ ਹੈ ਦੱਸੋ ਤੁਹਾਡੇ ਕਾਦ ਕਾਰ ਦੀ ਹੈ ਰੇਟ ਕੀ ਰਹਿਣਾ ਹੈਗਾ ਰੇਟ ਬਾਈ ਅੱਜ ਵਾਲਾ ਰੇਟ ਇਹ 1.25 ਦੀ ਵੱਛੀ ਦੇ ਦਾਂਗੇ ਆਪਾਂ ਠੀਕ ਹੈ ਕਿਉਂਕਿ ਬਾਈ ਤਿਆਰੀ ਦੇ ਜਗਜੀ ਤਾਂ ਇੱਦਾਂ ਦੀ ਵੱਛੀ ਆਪ ਨੂੰ ਵੀ ਆਪਾਂ ਨੂੰ ਪਤਾ ਵੀ 40-45 ਡੇਢ ਦੀ ਲੈਣੀ ਪੈਂਦੀ ਆ ਸਹੀ ਹੈ ਠੀਕ ਹੈ ਇਹਦੋਂ ਅੱਗੇ ਬਾਈ ਬੈਠ ਜਿਹੜੀ ਖੜੀ ਹੈ ਇਹ ਬੈਠ ਦਾ ਬਾਈ ਕੋਈ ਜਗਜੀਤ ਮੁੱਲ ਨੀ ਜੇ ਸਹੀ ਮਹਿਣਾ ਚ ਦੇਖੀਏ ਵੀ ਆਪਾਂ ਨੂੰ ਵੀ ਚਲੋ ਕਿਸੇ ਨੇ ਹੁਣ ਇਹ ਫਾਰਮ ਚੋਂ ਆਪਾਂ ਪਹਿਲਾਂ ਦੱਸਿਆ ਵੀ ਬੈਠਣ ਲਈਆਂ ਇਕੱਠੀਆਂ ਪਰ ਇਹਦਾ ਕੋਈ ਮੁੱਲ ਨੀ ਬਾਈ ਇੱਦਾਂ ਦੀ ਵੱਛੀ ਆ ਠੀਕ ਹੈ ਇਹ ਦੰਦਾ ਜਗਜੀਤ ਵੀ ਰੀਜਨਲ ਦੇਣੇ ਦੇ ਅੱਜ ਪਿਆ 20 ਹਲੇ ਠੀਕ ਹੈ ਦੁੱਧ ਜਿਹੜਾ ਚੋਇਆ ਜੈਨੂ ਆਣਾ ਜਿੱਦਾਂ ਐਵੇਂ ਆਪਾਂ ਇੱਕ ਵੱਡੀ ਗਾਂ ਨੂੰ ਦੇਖ ਕੇ ਅਗਲਾ ਕਹਿੰਦਾ 50 ਕਿਲੋ ਵੀਰੇ 42-43 ਕਿਲੋ ਦੁੱਧ ਨੇ ਚੁਆਇਆ ਠੀਕ ਹੈ ਪਰ ਵੀ ਗਾਂ ਦਾ ਕੋਈ ਮੁੱਲ ਨੀ ਕਰਮ ਵਾਲੀ ਦਾ ਤੇ ਇਹਦਾ ਵਾਜਬ ਰੇਟ ਬਾਈ 1.75 ਦੀ ਵਹਿੜ ਅੱਜ ਦੇ ਦਾਂਗੇ ਆਪਾਂ ਤਿਆਰੀ ਵਾਲਾ ਚਲੋ ਤਿਆਰੀ ਤੇ ਦੇਖਾਂਗੇ ਠੀਕ ਹੈ ਪਰ ਵੀ ਵਹਿੜ ਦਾ ਕੋਈ ਮੁੱਲ ਨੀ ਆਮ ਆਪਾਂ ਮਾਰਕੀਟ ਚ ਵੀ ਜਾਂਦੇ ਹਾਂ ਤੇ ਮਤਲਬ ਇੱਦਾਂ ਦੀ ਵਹਿੜ ਦਾ 2.5-3 ਤੋਂ ਘੱਟ ਕੋਈ ਮੰਗਦਾ ਨੀ ਠੀਕ ਹੈ ਦੱਸੋ ਫੁੱਲ ਵਜਨ ਦੀ ਵੱਡੀ ਵਹਿੜ ਹੈ ਨੋਰਮਲ ਦੁੱਧ ਬਾਈ ਗਰਮੀ ਦੇ ਵਿੱਚ ਹੁਣ ਇਹ 40 ਕਿਲੋ ਤੋਂ ਪਲੱਸ ਦੇਊਗੀ ਜਿਹੜੀ ਚੀਜ਼ ਕਿਉਂਕਿ ਦੇਣ ਵਾਲੀ ਆ ਉਹੀ ਦੇਊਗੀ ਜੇ ਆਪਾਂ ਕਹੀਏ ਵੀ ਦੂਜੀ ਜਾਂ ਸਰਦੀਆਂ ਤਾਂ ਇੱਦਾਂ ਦੀ ਬੱਚੀ 50 ਕਿਲੋ ਤੋਂ ਵੀ ਪਲੱਸ ਲੰਘ ਜਾਂਦੀ ਆ ਸੋ ਦੇਖੋ ਟੋਟਲੀ ਜਾਨਵਰ ਬਾਈ 25 ਕਿਲੋ ਤੋਂ ਥੱਲੇ ਵਾਲਾ ਕੋਈ ਜਾਨਵਰ ਨੀ ਹੈਗਾ ਕਿਉਂਕਿ ਜਰਸੀ ਤਾਂ ਕਈ ਵਾਰ ਚਲੋ ਰਹਿ ਜਾਂਦੀ 18-20 ਤੇ ਪਰ ਜਿਹੜੀਆਂ ਵੀ ਇਹ ਵਿਹੜਾਂ ਨੇ ਸਾਰੀਆਂ ਵਧੀਆ ਵਿਹੜਾਂ ਨੇ ਟਿਪ ਟੋਪ ਠੀਕ ਹੈ ਹੁਣ ਜਿਹੜੇ ਸੱਜਣ ਨੇ ਲੈਣੀ ਐ ਨੀ ਹੈਗਾ ਵੀ ਜਿਹਨੇ ਇੱਕ ਲੈਣੀ ਆ ਵੀ ਅਗਲਾ ਖਾਲੀ ਤਾਂ ਮੁੜਦਾ ਨੀ ਇੰਨੇ ਮਾਲ ਚ ਤਾਂ ਮੁੜਦਾ ਵੀ ਨੀ ਸਹੀ ਸੋ ਦੱਸੋ ਨਾਗ ਇੰਨੇ ਕੁ ਹੁੰਦੇ ਵੀ ਤੁਹਾਨੂੰ ਇੱਕ ਪਸੰਦ ਨਾ ਆਊਗੀ ਤਾਂ ਦੂਜੀ ਪਸੰਦ ਜ਼ਰੂਰ ਆਜੂਗੀ ਪਰ ਆ ਕੇ ਦੇਖਿਓ ਤਸੱਲੀ ਕਰਿਓ ਅੱਜ ਦੀ ਵੀਡੀਓ ਫਿਲਹਾਲ ਇਹ ਗਾਵਾਂ ਵਿਕਾਊ ਸੀਗੀਆਂ ਤੇ ਤੁਹਾਨੂੰ ਦਿਖਾ ਦਈਆਂ ਸਿਆਲਾਂ ਦੇ ਵਿੱਚ ਤੁਹਾਨੂੰ ਦਿਖਾਇਆ ਕਰਾਂਗੇ ਟੌਰ ਨਾਲ ਵੀਡੀਓ ਇੱਕ ਵਾਰ ਤੁਸੀਂ ਇਨਫੋਰਮੇਸ਼ਨ ਲੈ ਲਈ ਹੈ ਬਾਕੀ ਪਸ਼ੂ ਜਿਹੜਾ ਚਾਚੇ ਦਾ ਤਸੱਲੀ ਕਰ ਥੱਲੇ ਵੀ ਗਿੱਲੇ ਕਰਕੇ ਪਸ਼ੂ ਤਿਲਕ ਦਾ ਹੁਣ ਆ ਵੱਛੀ ਆ ਬਾਈ ਜਿਹੜਾ ਮਰਜ਼ੀ ਸੱਜਣ ਲੈ ਜੇ ਜੇ ਆਪਣੇ ਨਾਲ ਸੌਦਾ ਕਰਨਾ ਤਾਂ 1-15 ਦਾ ਸੌਦਾ ਕਰ ਲੇ 30 ਕਿਲੋ ਦੁੱਧ ਚਵਾ ਕੇ ਦੇ ਦਾਂਗੇ ਠੀਕ ਹੈ ਕਿਉਂਕਿ ਅੱਜ 8ਵੇਂ ਦਿਨ ਬਾਈ ਹੁਣ 25 ਕਿਲੋ ਦੁੱਧ ਜਿਹੜਾ ਲਈ ਫਿਰਦੀ ਆ ਮੌਕੇ ਤੇ ਠੀਕ ਹੈ 6 ਦੰਦਾ ਬਾਈ ਚੈਨ ਦੀ ਗੱਲ ਕੁਛ ਹੋਰ ਹੁੰਦੀ ਆ ਸਹੀ ਦੋਸਤੋ ਬੜਾ ਚੰਗਾ ਹਵਾਨਾ ਵਾਕਈ ਤੇ ਢਾਂਚਾ ਵੀ ਬਹੁਤ ਸੋਹਣਾ ਸੋ ਅੱਜ ਦੀ ਵੀਡੀਓ ਦੇ ਪਸ਼ੂ ਫੋਰ ਸੇਲ ਸੀ ਧੰਨਵਾਦ